There's a new digging in that one. बहुत देरी समझा समझा देनी थी, डेथ हो गई मम्मी मेरी 80 साल के बुजुर्ग भरा मेरा कोई नहीं हैगा। केड़ी जगह रे पेके अमृतसर को जनानी नु कोई उठ के नहीं गल कह जाए, कितना कह जावे है मेनू, मतलब इतना मतलब क्या गल्ला बंदा इतना जनानियां नु कोई कहंदा वा। थाना दुगरी दे अधीन सीआरपी कलोनी दे विच इक अजिहा लड़ाई झगड़े दा मामला सामने आया जिस दे विच पति पत्नी दे कलेश दे विच दो बच्चियां समेत महल्ला निवासियां नूं वी घड़ीस लिया गया। इस मौके ते पुलिस दे वल्लों पहुंच के जांच पड़ताल कीती जा रही है, पर जो कुछ होया ओह सुन के तुसी वी हैरान हो जावोगे। लुधियाणा दे थाना दुगरी दे अधीन पैंदे सीआरपी कलोनी दे विच पति पत्नी दे लड़ाई झगड़े दे मामले दे विच हाई वोल्टेज ड्रामा वी देखण नूं मिलिया। दस दिए कि पीड़ित औरत बच्चियां नूं ट्यूशन पढ़ा अपने घर दा गुजारा करदी है अते नाल ही स्कूल दे विच अध्यापका दे तौर ते वी पढ़ा रही है। घर दे कलेश नूं लैके लड़ाई झगड़ा होया ते इस दौरान पति ने जिथे बच्चियां समेत पत्नी नूं घरों बाहर कढ़ दिता उत्थे ही ट्यूशन वाले बच्चे अते उसदी मां नूं वी गलत बोलिया, जिस तों बाद ट्यूशन पढ़दे उस विद्यार्थी दे मां दे वल्लों भी इस व्यक्ति दे खिलाफ कंप्लेंट दर्ज करवा दी गई, पर उसका कहना है कि हुण तक इस मामले ते कोई कार्रवाई तक नहीं हुई। ਰਾਤੀ ਪੁਲਿਸ ਵਾਲੇ ਆਏ ਸੀ, ਸਾਲਾ ਖੁੱਲਿਆ ਨਹੀਂ। ਫਿਰ ਉਹਨਾਂ ਨੇ ਮਤਲਬ ਕਿਹਾ ਕਿ ਮਤਲਬ ਤੁਸੀਂ ਜਿੱਦਾਂ ਤੁਸੀਂ ਸਾਰੀ ਰਾਤ ਅੰਦਰ ਸੀ ਰਹੇ ਹੋ, ਫਿਰ ਰਾਤ ਕਿੱਥੇ ਰਹੇ? ਕਦੀ ਖੁੱਲੇ ਕਦੀ ਕਦੀ ਸਾਹਮਣੇ ਆਂਟੀ ਕੋਲ ਚਲੇ ਗਏ, ਕਦੀ ਥੱਲੇ ਬਹਿ ਗਏ। सर मेरे हस्बैंड ने मेरे घरों बाहर कटता ताले मारते सी रात दे इतने बैठे में कदों तक कुट मार कर दिया सर, ब्याह तो थोड़े चिर बाद ही मार कुटाई शुरू हो गई सी। कितने साल हो गए मेरी नूं? सर 18 साल। 18 साल से कुटी खा रहे हो? कोई मापिया नूं तुसीं मेरे बहुत देरी समझा समझा के देनी थी, डेथ हो गई मम्मी मेरी 80 साल के बुजुर्ग भरा मेरा कोई नहीं हैगा। केड़ी जगह रे पेके? अमृतसर दे। अमृतसर तो की
ਇਸ਼ੂ ਕੀ ਹੋਇਆ ਸੀ ਕਿ ਲੜਾਈ ਜਿਹੜੀ ਹੋਈ ਸੀ ਲੈ ਹੱਥੋਂ ਪਾਈ ਵੀ ਕੀਤੀ ਲੋਕਾਂ ਦੇ ਨਾਲ ਮੰਨੇ ਚ ਸਰ ਕੁਛ ਵੀ ਨਹੀਂ ਮੈਂ ਤਾਂ ਸਕੂਲ ਪੜਾਨੀ ਆ ਗੋਲਡਨ ਪਬਲਿਕ ਸਕੂਲ ਚ ਸ਼ਿਮਲਾਪੁਰੀ ਲੋਹਾਰਾ ਲੰਗੇ ਹਾਂਜੀ ਸਰ 5 ਮਹੀਨੇ ਤੋਂ ਅਸੀਂ ਬਿਲਕੁਲ ਅਲੱਗ ਅਲੱਗ ਆਏ ਦੂਸਰੇ ਫਲੈਟ ਚ ਰਹਿੰਦੇ ਆ ਅਸੀਂ ਇੱਧਰ ਰਹਿੰਦੇ ਹਾਂ ਦੋ ਕਮਰਿਆਂ ਨੂੰ ਮੇਰੇ ਤਾਲਾ ਲੱਗਾ ਹੋਇਆ ਹੈ ਅਸੀਂ ਇੱਕੋ ਕਮਰੇ ਦੇ ਵਿੱਚ ਰਹਿੰਦੇ ਹਾਂ ਲੋਬੀ ਦੇ ਵਿੱਚ ਮੈਂ ਬੱਚੇ ਟਿਊਸ਼ਨਸ ਲੈਂਦੀ ਹਾਂ ਮੈਂ ਸਵੇਰੇ ਜੋ ਜਾਂਦੀ ਹਾਂ ਮੈਂ 3:30 ਆਉਂਦੀ ਹਾਂ ਰਾਤ ਦੇ 9:30 ਵਜੇ ਤੱਕ ਟਿਊਸ਼ਨਸ ਲੈਂਦੀ ਹਾਂ ਅਤੇ ਕੱਲ੍ਹ ਮੇਰੇ ਕੋਲ ਇੱਕ ਲੜਕਾ ਵੱਡਾ ਰਿਸ਼ਵ ਕੁਮਾਰ ਉਹਦੇ ਥੋੜ੍ਹੇ ਦਿਨ ਮਾਰਕਸ ਕੰਮ ਆਏ ਸੀ ਅਤੇ ਉਹਦੇ ਮੰਮੀ ਨੇ ਆ ਕੇ ਮੈਨੂੰ ਕਿਹਾ ਕਿ ਮੈਡਮ ਇਸ ਵਾਰੀ ਇਹਦੇ ਮਾਰਕਸ ਕਿਉਂ ਕੰਮ ਆਏ ਅੱਗੇ ਤੋਂ ਇੱਡੇ ਵਧੀਆ ਆਉਂਦੇ ਇਸ ਵਾਰ ਕੀ ਹੋ ਗਿਆ ਮੈਂ ਕਿਹਾ ਮੈਡਮ ਮੈਂ ਕੋਈ ਨਹੀਂ ਦੀਦੀ ਮੈਂ ਤਾਂ ਮੈਂ ਨਾ ਇਹਦੇ ਸਰ ਨਾਲ ਗੱਲ ਕਰਦੀ ਹਾਂ ਅਤੇ ਸਰ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਕੋਈ ਨਹੀਂ ਮੈਡਮ ਤੁਸੀਂ ਟੈਨਸ਼ਨ ਨਾ ਲਓ ਅਸੀਂ ਮਤਲਬ ਮੈਂ ਵੀ ਇਹਨੂੰ ਦੇਖਾਂਗਾ ਅਤੇ ਤੁਸੀਂ ਵੀ ਥੋੜ੍ਹੀ ਮਿਹਨਤ ਕਰਨਾ ਸਿਰਫ ਦੀਦੀ ਕਹਿ ਕੇ ਇੰਨਾ ਚਲੇ ਗਿਆ ਅਤੇ ਇਹ ਉੱਪਰੋਂ ਥੱਲਿਓਂ ਉੱਪਰ ਆਇਆ ਆਪਣਾ ਰੂਮ ਖੋਲ੍ਹਿਆ ਅਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਇੱਧਰ ਆ ਮੈਂ ਕਿਹਾ ਹਾਂਜੀ ਦੱਸਣਾ ਕੀ ਉਮਰ ਅਤੇ ਮੈਨੂੰ ਕਹਿੰਦੇ ਜਿਹੜੀ ਇਹ ਜਨਾਨੀ ਆਈ ਨਾ ਬੜੀ ਅਬਿਊਸ ਵਰਡਿੰਗ ਉਹਦੇ ਲਈ ਯੂਜ਼ ਕੀਤੀ ਹੈ ਮੈਂ ਸੋਰੀ ਦੱਸ ਨਹੀਂ ਸਕਦੀ ਤੁਹਾਨੂੰ ਅਤੇ ਉਹਨਾਂ ਨੇ ਮੈਨੂੰ ਕਿਹਾ ਅਤੇ ਮੈਂ ਕਿਹਾ ਤੁਸੀਂ ਬੇਗਾਨੀ ਜਨਾਨੀ ਵਾਸਤੇ ਇਹਨਾਂ ਨੂੰ ਬਿਲਕੁਲ ਨਾ ਬੋਲੋ ਕਿ ਕਿਉਂ ਮਤਲਬ ਮੈਂ ਤਾਂ ਸੁਣ ਰਹੀ ਹਾਂ ਕੋਈ ਨਹੀਂ ਸੁਣੇਗਾ ਉਹਨਾਂ ਦਾ ਬੇਟਾ ਜਿਹੜੇ ਦੀਦੀ ਸੀ ਉਹਨਾਂ ਦਾ ਬੇਟਾ ਅੰਦਰ ਟਿਊਸ਼ਨਸ ਪੜ੍ਹ ਰਿਹਾ ਸੀ ਮੈਨੂੰ ਨਹੀਂ ਪਤਾ ਲੱਗਾ ਉਹ ਕਿਹੜੇ ਵੇਲੇ ਥੱਲੇ ਚਲਾ ਗਿਆ ਉਹਨੇ ਆਪਣੇ ਮੰਮਾ ਮਦਰ ਨੂੰ ਸੱਦ ਲਿਆ ਮੰਮਾ ਉਹਦੇ ਆ ਗਏ ਜੀ ਅਤੇ ਉਹ ਨਾ ਮੇਰੇ ਮਤਲਬ ਉਹ ਦੀਦੀ ਮਤਲਬ ਆ ਕੇ ਬੋਲਣ ਲੱਗ ਪਈ ਜਦੋਂ ਅਤੇ ਉਹਨਾਂ ਦਾ ਬੇਟਾ ਆਪਣੀ ਮਦਰ ਨੂੰ ਸੱਦ ਲਿਆ ਅਤੇ ਦੀਦੀ ਥੱਲੇ ਆ ਗਏ ਇਹ ਥੱਲੇ ਮੈਨੂੰ ਕਹਿ ਗਏ ਸੀ ਮੈਂ ਪਾਰਕ ਵਿੱਚ ਚੱਲਣਾ ਹੈ ਉਹ ਆਏਗਾ ਆਏਗੀ ਅਤੇ ਮੇਰੇ ਕੋਲ ਭੇਜਦੀ ਉਹਦੀ ਮੈਂ ਜਈ ਤਾਂ ਹੀ ਫੇਰ ਦਾਂਗਾ ਅਤੇ ਤੁਸੀਂ ਰੋਟੀ ਪਾਣੀ ਕਿੱਥੋਂ ਖਾਧੀ ਹੈ ਜੀ ਮੈਂ ਮੈਨੂੰ ਸਵੇਰੇ ਹੁਣ ਮੈਂ ਖਾਧੀ ਮੈਨੂੰ ਥੱਲੇ ਦੀਦੀ ਨੇ ਖਵਾਈ ਆ ਅੱਛਾ ਰੋਟੀ ਪਾਣੀ ਵੀ ਤੋਂ ਵੀ ਤੁਸੀਂ ਭੁੱਖੇ ਬੈਠੇ ਹਾਂਜੀ ਮੇਰੇ ਅੰਦਰ ਡੋਗੀ ਮੇਰਾ ਇੱਕ ਬੇਟਾ ਅੰਦਰ ਹੈਗਾ ਉਹ ਮਤਲਬ ਅਸੀਂ ਸੀੜੀ ਲਗਾ ਕੇ ਕਿਉਂਕਿ ਮੇਰਾ ਡੋਗੀ ਭੁੱਖਾ ਸੀ ਰਾਤ ਦਾ ਉਹਨੂੰ ਸੀੜੀ ਲਾ ਕੇ ਉੱਤੇ ਚੜਾਇਆ ਮੈਂ ਵੀ ਆਈ ਸੀ ਉਹਨੂੰ ਦੇਖਣ ਕਿਉਂਕਿ ਉਹ ਬਹੁਤ ਮਤਲਬ ਰੋ ਰਹੀ ਸੀ ਅਤੇ ਸੀੜੀ ਲਾ ਕੇ ਮੈਂ ਉੱਪਰ ਆਈ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਆ ਇੱਕ ਅੰਦਰ ਆ ਇੱਕ ਅੰਦਰ ਹੈ ਹਾਂਜੀ ਅੱਛਾ ਇੱਕ ਬੱਚੇ ਅੰਦਰ ਆ ਹਾਂ ਉਹ ਇਹ ਛੋਟਾ ਹੈ ਉਹ ਵੱਡਾ ਆ ਅੱਛਾ ਹਾਂ ਅਤੇ ਉਹ ਅੰਦਰ ਆ ਉਹ ਡੋਗੀ ਕੋਲ ਹੀ ਉਹਨੂੰ ਮੈਂ ਕਿਹਾ ਬੱਚੇ ਸਮਝਾਉਂਦੇ ਨਹੀਂ ਪਾਪਾ ਨੂੰ ਸਰ ਬੜਾ ਕੁਛ ਕਰਕੇ ਦੇਖ ਰਿਹਾ ਬੱਚਿਆਂ ਦੇ ਤੁਸੀਂ ਦੇਖੋ 5 ਮਹੀਨੇ ਤੋਂ ਸਾਨੂੰ ਨਾ ਕੋਈ ਰਾਸ਼ਨ ਕੋਈ ਖਰਚ ਨਹੀਂ ਆ ਮੈਂ ਆਪਣਾ ਕਮਾ ਰਹੀ ਹਾਂ ਆਪਣਾ ਖਾ ਰਹੀ ਹਾਂ ਕੋਈ ਰਾਸ਼ਨ ਨਹੀਂ ਕਿਸੇ ਚੀਜ਼ ਦੀ ਸਾਨੂੰ ਸਪੋਰਟ ਨਹੀਂ ਆ ਆਪਣਾ ਕਮਾਉਂਦੀ ਪਈ ਹਾਂ ਆਪਣਾ ਖਾਂਦੀ ਪਈ ਹਾਂ ਤੇ ਤੁਸੀਂ ਹੁਣ ਕੰਪਲੇਂਟ ਕਰਾਈ ਹੈ ਹਾਂਜੀ ਮੈਂ ਸਰ ਕੰਪਲੇਂਟ ਕਰਵਾਈ ਆ ਲੇਕਿਨ ਮੇਰਾ ਹਜੇ ਤਾਲਾ ਹਜੇ ਤੱਕ ਵੀ ਨਹੀਂ ਖੁੱਲਿਆ ਮੈਂ ਹੁਣ ਮੇਰਾ ਜਿਹੜਾ ਤਾਲਾ ਜਿਹੜਾ ਉਹ ਮਹੱਲੇ ਵਾਲਿਆਂ ਨੇ ਆ ਕੇ ਤੋੜਿਆ ਹੈ ਅਤੇ ਮੈਂ ਕਿਸੇ ਤਰ੍ਹਾਂ ਦੇ ਅੰਦਰ ਜਾਣਾ ਹੀ ਆ ਨਾ ਮੇਰੇ ਟਿਊਸ਼ਨ ਵਾਲੇ ਸਾਰੇ ਬੱਚਿਆਂ ਦੇ ਫੋਨ ਆ ਰਹੇ ਕੱਲ੍ਹ ਉਹਨਾਂ ਦਾ ਫਾਈਨਲ ਪੇਪਰ ਆ ਦਰਵਾਜ਼ਾ ਹਜੇ ਨਹੀਂ ਖੁੱਲਿਆ ਤੇ ਕਿੰਨੇ ਲੋਕ ਲਾਏ ਨੇ ਉਹਨੇ ਸਰ 3 ਲੋਕ ਆ ਅੰਦਰ ਵੀ ਅੰਦਰ ਬਾਹਰ ਵਾਲਾ ਵੀ ਸ਼ਾਇਦ ਇੱਧਰੋਂ ਤਾਲਾ ਲਾ ਕੇ ਚਲੇ ਗਏ ਆ ਉਹ ਦਾ ਪਤਾ ਨਹੀਂ ਲੱਗਦਾ ਪਿਆ ਮੈਨੂੰ ਪੌੜੀਆਂ ਤੇ ਸਾਰੀ ਰਾਤ ਇੱਥੇ ਬੈਠੇ ਰਹੇ ਪੌੜੀਆਂ ਤੇ ਕਿੱਥੇ ਬੈਠੇ ਰਹੇ ਤੁਸੀਂ ਪੌੜੀਆਂ ਤੇ ਪੌੜੀਆਂ ਜੀ ਬੈਠੇ ਰਹੇ ਹਾਂਜੀ ਤੇ ਹੁਣ ਤੁਸੀਂ ਘਰੋਂ ਜੇ ਅੰਦਰ ਵੜਦੇ ਹੋ ਕਿਧਰੋਂ ਵੜਦੇ ਪੌੜੀ ਲਾ ਕੇ ਚੜਦੇ ਹੋ ਪੌੜੀ ਤੋਂ ਵੜਿਆ ਹੁਣੇ ਅੱਜ ਹੀ ਵੜਿਆ ਤੇ ਅੱਜ ਹੀ ਕਹਿੰਦੇ ਕਿ ਹਾਂ ਤਾਲਾ ਤੋੜ ਦੋ ਕੱਲ ਰਾਤੀ ਆਏ ਸੀਗੇ ਪੁਲਿਸ ਵਾਲੇ ਤੇ ਉਹਨਾਂ ਨੇ ਤਾਲਾ ਤੋੜਵਾਇਆ ਤੇ ਪਾਪਾ ਕਦੋਂ ਤੋਂ ਕੁੱਟਮਾਰ ਕਰਦੇ ਨੇ ਮੰਮਾ ਨਾਲ ਤੁਹਾਡੇ ਸ਼ੁਰੂ ਤੋਂ ਹੀ ਜਦ ਦਾ ਵਿਆਹ ਹੋਇਆ ਉਸ ਤੋਂ ਸਾਲ ਕੁ ਬਾਅਦ ਹੀ ਅੱਛਾ ਤਾਂ ਤੁਹਾਡੇ ਨਾਲ ਵੀ ਕੁੱਟਮਾਰ ਹੁੰਦੀ ਹੈ ਹਾਂਜੀ ਕਿਉਂ ਤੇ ਡਰਿੰਕ ਵਗੈਰਾ ਕਰਦੇ ਪਾਪਾ ਕੀ ਕਰਦੇ ਨੇ ਨਹੀਂ ਨਹੀਂ ਡਰਿੰਕ ਕਰਦੇ ਦੇ ਨੇ ਵੈਸੇ ਤੇ ਕੱਲ ਉਹ ਨਾ ਮੰਮਾ ਕੋਲ ਇੱਕ ਬੱਚਾ ਪੜਦਾ ਰਿਸ਼ਵ ਤੇ ਉਹਦੇ ਨਾ ਮੰਮੀ ਹੈਗੇ ਉਹਨੂੰ ਨਾ ਕਹਿ ਰਹੇ ਸੀਗੇ ਕਿ ਮੇਰੇ ਮੰਮਾ ਨੂੰ ਕਹਿ ਰਹੇ ਸੀ ਉਹਦਾ ਰਿਜ਼ਲਟ ਨਹੀਂ ਵਧੀਆ ਆਇਆ ਸੀ ਤੇ ਉਹ ਕਹਿਣ ਆਇਆ ਸੀ ਤੇ ਮੇਰੇ ਪਾਪਾ ਨਾ ਮਤਲਬ ਅਬਿਊਜ਼ ਲੈਂਗੁਏਜ ਯੂਜ਼ ਕੀਤੀ ਉਹਦੇ ਮੰਮਾ ਲਈ ਤੇ ਉਹਨੇ ਰਿਸ਼ਵ ਨੇ ਘਰੇ ਜਾ ਕੇ ਦੱਸਤਾ ਆਪਣੇ ਮੰਮਾ ਨੂੰ ਤੇ ਇਸ ਕਰਕੇ ਫਿਰ ਉਹ ਆਏ ਤੇ ਉਸ ਤੋਂ ਬਾਅਦ ਹੀ ਮਤਲਬ ਫਿਰ ਸਭ ਕੁਛ ਹੋਇਆ ਫਿਰ ਲੜਾਈ ਵੀ ਹੋਈ ਮੰਮਾ ਪਾਪਾ 'ਚ ਫਿਰ ਮੰਮਾ ਨੂੰ ਕੁੱਟਿਆ ਵੀ ਗੁਰਮੀਤ ਕੌਰ ਬੋਲ ਰਹੀ ਹਾਂ ਠੀਕ ਹੈ ਜੀ ਮੇਰਾ ਬੱਚਾ ਇਹਨਾਂ ਕੋਲ ਟਿਊਸ਼ਨ ਪੜ੍ਹਦਾ ਸੀ ਅਤੇ ਮੇਰੇ ਬੱਚੇ ਦਾ ਰਿਜ਼ਲਟ ਗਲਤ ਆਇਆ ਸੀ ਨੰਬਰ ਬਹੁਤ ਘੱਟ ਲਿਆਇਆ ਸੀ ਅਤੇ ਮੈਂ ਇਹਨਾਂ ਨੂੰ ਬੋਲਣ ਵਾਸਤੇ ਆਈ ਸੀ ਕਿ ਮੈਡਮ ਕੀ ਗੱਲ ਹੈ ਮੇਰੇ ਬੱਚੇ ਦੇ ਨੰਬਰ ਕਿਉਂ ਘੱਟ ਆਏ ਆ ਠੀਕ ਹੈ ਉਸ ਦੇ ਬਾਅਦ ਇਹ ਜਾ ਕੇ ਉੱਥੇ ਚਲਾ ਗਿਆ ਠੀਕ ਹੈ ਜਾ ਕੇ ਇਹਨੂੰ ਕਹਿੰਦਾ ਮੈਂ ਤਾਂ ਘਰ ਚਲੀ ਗਈ ਸੀ ਇਹਦਾ ਮੇਰਾ ਬੇਟਾ ਪੜ੍ਹ ਰਿਹਾ ਸੀ ਟਿਊਸ਼ਨ ਇਸ ਮੈਡਮ ਨੂੰ ਕਹਿੰਦਾ ਵਾ ਕਿ ਉਹ ਗਸਤੀ ਇੱਥੇ ਕੀ ਕਰਨ ਆਈ ਸੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਗਸਤੀ ਦਾ ਮਤਲਬ ਕੀ ਹੁੰਦਾ ਵਾ ਇਹਨਾਂ ਦਾ ਇਸ ਤਰ੍ਹਾਂ ਦੀ ਮੈਨੇ ਮੇਰੇ ਨਾਲ ਇੰਨੀ ਬਦਤਮੀਜੀ ਕੀਤੀ ਆ ਕੋਈ ਕਹਿਣ ਦੀ ਗੱਲ ਨਹੀਂ ਫਿਰ ਮੈਂ ਪਰਚਾ ਦਰਜ ਕਰਵਾ ਕੇ ਆਈ ਹਾਂ ਮੇਰਾ ਪਰਚਾ ਅਜੇ ਤੱਕ ਦਰਜ ਨਹੀਂ ਹੋਇਆ ਵਾ ਠੀਕ ਹੈ ਅਤੇ ਅੱਜ ਮੈਨੂੰ ਪਤਾ ਲੱਗਾ ਮੈਂ ਮਨਜੀਤ ਸਿੰਘ ਨੂੰ ਫੋਨ ਕੀਤਾ ਮੈਂ ਕਿਹਾ ਮਨਜੀਤ ਸਿੰਘ ਜੀ ਮੇਰਾ ਮਤਲਬ ਕੀ ਹੱਲ ਕੀਤਾ ਹੈ ਕਹਿੰਦਾ ਕਿ ਮਤਲਬ ਮੈਂ ਕਿਹਾ ਜੇ ਨਹੀਂ ਤੁਸੀਂ ਕਰਨਾ ਮੈਂ ਉੱਤੇ ਪੇਸ਼ ਆਉਂਦਾ ਜਿੱਥੇ ਮਰਜ਼ੀ ਪੇਸ਼ ਹੋ ਜਾ ਫਿਰ ਤਾਂ ਕੇ
मैनू कोई इंसाफ नहीं मिल रहा। एक जनानी नू कोई उठ के इन्नी गल कह जाए, कितना कह जाए, है मैनू मतलब इतना मतलब कि गल्ला बंदा इतना जनानियां नू कोई कहंदा वा। एक मिनट कि पार्टी का अहुदा आ उस चीज़ दियाँ मतलब ये कर रहा है सानू दसो, ये मतलब कोई गल नहीं हुई कि हम लीडर के नाम से धमकी दिंदा जी। हाँ जी उन्होंने नाम से मैंने धमकियां दे रहा, हूँ तो ही धमकियां देनिया शुरू कर दतिया अजय जी। हाँ जी सी आर पी कलोनी का झगड़ा दोनों मियाँ बीवी का आस में डिस्प्यूट आ, उन्होंने झगड़ा आया जी, वो लेडी बच्चे आई उन्होंने आस में कोई गलबात हुई, इस बारे मौके पर पड़ताल की जा रही है भी कोई गलबात इन्होंने दूजी लेडी गुरमीत कौर ना हुई है या नहीं हुई है, मौके की फुटेज ली जाऊगी उत्थे भी की गलबात हुई है उस मुताबिक कार्रवाई की जाएगी। सर महल का कहना भी इन्हें ताला वाला भी लाता सी, आंढ़ी गुआढ़िया ने रोटी पानी भी दी, 18 साल तो कुटता मारता ही आ रहा अपनी मिसी तारा ताला जरा घुला दिता सी वाइफ अपने घर के रह रही है फ्लैट के। हाँ जी तो सर कि थाने का मामला कि दुगरी थाने का मामला जी है। हाँ जी ए एस ए मनजीत सिंह सर की कार्रवाई की जाऊगी उसके खिलाफ कार्रवाई जी जो लड़ाई झगड़ा जो होया वो संबंधी जो रोकू कार्रवाई की जा रही है। सर एक उन्होंने ये भी कहना भी कहते घरों बहर कटी रखे भी सारी रात अभी बाहर सुते रहे समझा बुझा के जो भी गेट खिलवा दिता तो उन्होंने आपके फ्लैट के लेडी रह रही है। ठीक